I'd like to speak specifically to my Punjabi community. ਅੱਜ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜਦਾ ਵਾ ਜਿਸ ਹਕੀਕਤ ਕਰਕੇ ਆਪਾਂ ਨੂੰ ਝੂਠੇ ਐਕਟਿਵਿਸਟ ਈਵਨ ਟੈਰਰਿਸਟ ਕਿਹਾ ਜਾਂਦਾ ਵਾ ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ ਹਕੂਮਤਾਂ ਸੱਚ ਮੰਨ ਰਹੀਆਂ ਨੇ ਪਰ ਹਜੇ ਇਨਸਾਫ ਬਾਕੀ ਆ ਜੇ ਸਿੱਖਾਂ ਦੀ ਜਾਨ ਨੂੰ ਖਤਰਾ ਵਾ ਫਿਰ ਯੂਨਾਈਟਿਡ ਸਟੇਟਸ ਵਰਗੇ ਮੁਲਕਾਂ ਨੂੰ ਉਹਨਾਂ ਦੇ ਨਾਮ ਵੀ ਸਾਂਝੇ ਕਰਨੇ ਚਾਹੀਦੇ ਨੇ ਜੋ ਭਾਰਤ ਸਰਕਾਰ ਦੇ ਕਹਿਣ 'ਤੇ ਸਿੱਖਾਂ ਨੂੰ ਟਾਰਗੇਟ ਕਰੀ ਜਾ ਰਹੇ ਨੇ ਤੁਸੀਂ ਮੈਨੂੰ ਇੱਕ ਕੁਰਸੀ ਵਿੱਚ ਬਿਠਾਇਆ ਵਾ ਅਤੇ ਇਸ ਕੁਰਸੀ ਦਾ ਫਾਇਦਾ ਕੀ ਆ ਜੇ ਆਪਾਂ ਸਿੱਖਾਂ ਦੇ ਮੁੱਦੇ ਨਹੀਂ ਚੱਕ ਸਕਦੇ ਤੁਹਾਡੀ ਧੀ ਤੁਹਾਡੇ ਨਾਲ ਖੜੀ ਆ ਮੈਂ ਤੁਹਾਡੇ ਨਾਲ ਖੜੀ ਹਾਂ ਜਿੱਥੇ ਵੀ ਆਪਾਂ ਆਵਾਜ਼ ਉਠਾ ਸਕਦੇ ਹਾਂ ਆਪਾਂ ਉਠਾਵਾਂਗੇ ਯੂਨਾਈਟਿਡ ਸਟੇਟਸ ਦੀ ਵੀ ਸਰਕਾਰ ਵਿੱਚ ਹਰ ਹੱਦ ਤੱਕ ਆਪਾਂ ਜਾਵਾਂਗੇ ਇਸ ਇਨਸਾਫ ਦੀ ਲੜਾਈ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ